ਮਰ ਕੇ ਵੀ ਜੀਣਾ ਤਾਂ ਅੰਗਦਾਨ ਕਰੋ, ਮਰ ਕੇ ਵੀ ਜੀਣਾ ਤਾਂ ਅੰਗਦਾਨ ਕਰੋ, ਅੰਗਦਾਨ ਕਰੋ, ਅੰਗਦਾਨ ਕਰੋ, ਅੰਗਦਾਨ ਕਰੋ, ਉਮਰ ਕੇ ਵੀ ਜੀਣਾ ਤਾਂ ਅੰਗਦਾਨ ਕਰੋ। ਪੰਜਾਬ ਕੇ ਸ਼ੋਅ ਗੋਲਡਨ ਟਾਕਸ ਵਿੱਚ ਸ਼ਿਪਰਾ ਮੇਂ ਸਾਰੇ ਪੰਜਾਬੀਸ ਕਾ ਬਹੁਤ ਬਹੁਤ ਵੈਲਕਮ ਜੀ। ਹਾਂ, ਆਜ ਹਮ ਸਮਾਰਟ ਸਿਟੀ ਲੁਧਿਆਣਾ ਮੇਂ ਪਹੁੰਚੇ ਹੈ ਰਮੇਸ਼ ਆਈ ਕੇਅਰ ਸੈਂਟਰ ਮੇਂ, ਔਰ ਆਜ ਹਮਾਰੇ ਸਾਥ ਹਮਾਰੀ ਪੰਜਾਬੀ ਮਿਊਜ਼ੀਕਲ ਇੰਡਸਟਰੀ ਕੇ ਬਹੁਤ ਹੀ ਰਿਨੌਨ, ਬਹੁਤ ਹੀ ਫੇਮਸ ਸਿੰਗਰ ਹਮਾਰੇ ਸਾਥ ਹੈ ਲੈਂਬਰ ਹੁਸੈਨਪੁਰੀ ਜੀ। ਤੋ ਵੋ ਆਜ ਕਿਸ ਮੋਟਿਵ ਸੇ ਯਹਾਂ ਆਏ ਹੈ ਵੋ ਮੇਂ ਖੁਦ ਹੀ ਬਤਾਏਂਗੇ, ਤੋ ਚਲੀਏ ਜ਼ਿਆਦਾ ਟਾਈਮ ਨਾ ਵੇਸਟ ਕਰਤੇ ਹੋਏ ਆਪਕੋ ਮਿਲਵਾਤੇ ਹੈਂ ਉਨਸੇ। ਸਤਿ ਸ਼੍ਰੀ ਅਕਾਲ ਸਰ, ਵੈਲਕਮ ਟੂ ਟਾਈਮਸ ਪੰਜਾਬ। ਥੈਂਕ ਯੂ ਜੀ, ਥੈਂਕ ਯੂ ਜੀ। ਬਹੁਤ ਅੱਛਾ ਜੀ, ਠੀਕ ਹੈ, ਬਸ ਬਹੁਤ ਵਧੀਆ ਮਹਿਸੂਸ ਕਰ ਰਹੇ ਜੀ। ਸਰ, ਆਪਕਾ ਇੰਟਰੋਡਕਸ਼ਨ ਤੋਂ ਹਮਨੇ ਦਿਆ, ਆਪ ਆਪਣੇ ਆਪ ਕੋ ਅਗਰ ਹਮ ਕਹੇ ਤੋ ਕੈਸੇ ਇੰਟਰੋਡਿਊਸ ਕਰੇਂਗੇ? ਬਸ ਮੈਂ ਕੀ ਕਹੂੰਗਾ ਜੀ, ਹੁਣ ਤੁਸੀਂ ਸਾਰਿਆਂ ਨੇ ਗਾਣੇ ਸੁਣੇ ਆ ਜੀ, ਅਤੇ ਮੈਂ ਤਾਂ ਇਹੀ ਕਹੂੰਗਾ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਟਾਈਮਸ ਪੰਜਾਬ ਸੁਣਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ। ਮੇਰੇ ਸਾਰੇ ਗਾਣੇ ਤੁਸੀਂ ਸੁਣੇ ਅਤੇ ਇੱਦਾਂ ਸੁਣਦੇ ਰਹੋ ਜੇ ਮੈਂ ਆਪਣੇ ਆਪ ਨੂੰ ਇੰਟਰੋਡਿਊਸ ਕਰਾਉਣਾ ਹੋਵੇ। ਇਹ ਬਤਾ ਜੀ, ਕਿੰਨੇ ਸਾਲ ਹੋ ਗਏ ਆਪਕੋ ਯਹਾਂ ਕੀ ਜਨਤਾ ਕੋ, ਪੰਜਾਬ ਕੀ ਜਨਤਾ ਕੋ ਆਪਣਾ ਆਪਣੀ ਸਰਵਿਸਿਜ਼ ਦਿੱਤੇ ਹੋਏ, ਆਪਣੇ ਗਾਣੇ ਦਿੱਤੇ ਹੋਏ, ਕਿੰਨੇ ਸਾਲ ਹੋ ਗਏ? ਮੈਨੂੰ 30-35 ਸਾਲ ਹੋ ਗਏ ਜੀ, ਕਿਉਂਕਿ ਮੈਂ ਛੋਟਾ ਹੁੰਦਾ ਹੀ ਗਾਉਂਦਾ ਜੀ, ਅਤੇ ਬਸ 90 ਤੋਂ ਮੇਰੀਆਂ ਸੀ ਡੀ ਰੀਲਾਂ ਜਿਹਨਾਂ ਨੂੰ ਕਹਿੰਦੇ ਸੀ ਉਦੋਂ ਸ਼ੁਰੂ ਹੋ ਗਏ। 89 ਦੇ ਵਿੱਚ ਸਭ ਤੋਂ ਪਹਿਲਾਂ ਮੇਰੀ ਟੇਪ ਆਈ ਸੀਗੀ ਜੀ, ਹਾਂਜੀ, ਅਤੇ 30-35 ਸਾਲ ਹੋ ਗਏ ਜੀ ਗਾਉਂਦਿਆਂ ਨੂੰ। ਐਕਸਪੀਰੀਅੰਸ ਆਪਕੀ ਜਰਨੀ ਬਹੁਤ ਅੱਛੀ ਹੋ ਰਹੀ ਹੈ ਹਮ ਕਹਿ ਸਕਦੇ ਹਾਂ। ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ, ਕਿਉਂਕਿ ਹਰ ਪਲ, ਹਰ ਦਿਨ, ਹਰ ਸਮਾਂ ਕੁਛ ਨਾ ਕੁਛ ਇਨਸਾਨ ਨੂੰ ਸਿਖਾਉਂਦਾ ਜੀ, ਅਤੇ ਬੜਾ ਕੁਛ ਸਿੱਖਣ ਨੂੰ ਮਿਲਿਆ ਜੀ ਦੀਨ ਦੁਨੀਆ ਤੋਂ। ਆਪ ਸਿਰਫ ਭੰਗੜਾ ਕਿੰਗ ਕੇ ਉਸਸੇ ਵੀ ਫੇਮਸ ਹੈ ਆਪਣੀ ਸਿੰਗਿੰਗ ਲਾਈਨ ਮੇਂ, ਤੋ ਆਪਸੇ ਕੁਛ ਵੀ ਪੁੱਛਣੇ ਸੇ ਪਹਿਲੇ ਹਮ ਚਾਹਤੇ ਹੈਂ, ਦੋ ਤਿੰਨ ਲਾਈਨੇ ਆਪ ਪਲੀਜ਼ ਹਮਾਰੇ ਚੈਨਲ ਕੋ ਯਹਾਂ ਕੀ ਜਨਤਾ ਕੋ ਸੁਣਾ ਕੇ ਦਿਖਾਈਏ। ਸੋ ਮੇਰੇ ਗਾਣੇ, ਕਿਉਂਕਿ ਇੱਕ ਤਾਂ ਥੋੜ੍ਹਾ ਝਮੇਲੇ 'ਚ ਆ ਵੀ ਤੁਸੀਂ ਹਿੰਦੀ 'ਚ ਗੱਲ ਕਰਦੇ, ਮੈਂ ਪੰਜਾਬੀ 'ਚ ਕਰਦਾ, ਉਹ ਕੋਈ ਪ੍ਰੋਬਲਮ ਨਹੀਂ ਹੈ, ਆਪ ਪੰਜਾਬੀ ਮੇਂ ਬਾਤ ਕਰ ਸਕਦੇ। ਕਿਉਂਕਿ ਜੇ ਮੈਂ ਹਿੰਦੀ ਬੋਲਾਂ ਫਿਰ ਗਾਣਾ ਫਿਰ ਪੰਜਾਬੀ 'ਚ ਆਊਗਾ, ਅਤੇ ਉਹ ਫਿਰ ਠੀਕ ਨਹੀਂ ਲੱਗੂ, ਮੈਂ ਪੰਜਾਬੀ ਬੋਲਦਾ, ਤੁਸੀਂ ਹਿੰਦੀ ਬੋਲੀ ਚੱਲਿਓ। ਸੋ ਗਾਣੇ ਤੁਸੀਂ ਸਾਰਿਆਂ ਨੇ ਸੁਣੇ ਜੀ, 10 ਝਮੇਲ ਨੇ ਕਿਹੜੇ ਪਿੰਡ ਦੀ ਤੂੰ ਨਹੀਂ, ਅਤੇ ਹਿੰਦੀ ਫਿਲਮਾਂ 'ਚ ਗਾਣੇ ਆਏ ਆ, ਤੋ ਤਨੂੰ ਬਟਸਮਾਨ ਨੂੰ ਫਿਲਮ ਦਾ ਮੈਂ ਗਾਣਾ ਸੁਣਾ ਰਿਹਾ, ਕਦੀ ਸਾਡੀ ਇਤਨਾ ਫੇਮਸ ਸੌਂਗ ਹੈ ਕਿ ਸ਼ਾਇਦ ਹੀ ਕਿਸੇ ਕੋ ਨਾ ਪਤਾ ਹੋ ਕਿ ਉਹ ਆਪਕੇ ਥਰੂ ਗਾਇਆ ਗਿਆ। ਚਲੀਏ ਵਹੀ ਸੁਣਾ ਦੀਜੀਏ ਸਰ। ਹੋ ਕੁੜੀਆਂ ਦੇ ਵਿੱਚ ਫਿਰ ਹੱਸਦੀ ਖੇਡਦੀ, ਗੁੱਤ ਦੀ ਪਰਾਂਦੀ ਤੇਰੀ ਨਾਗ ਵਾਂਗ ਮੇਲਦੀ, ਇਹਨਾਂ ਸੱਜਣਾਂ ਨੂੰ ਇਹਨਾਂ ਮੁੰਡਿਆਂ ਨੂੰ ਬਹੁਤਾ ਵੀ ਸਤਾਇਆ ਨਾ ਕਰੋ ਜੀ, ਕਦੀ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ ਜੀ, ਕਦੀ ਸਾਡੀ ਗਲੀ ਭੁੱਲ ਕੇ ਵੀ, ਗੋਰੀਆਂ ਗੱਲਾਂ 'ਚ ਤੇਰੇ ਟੋਏ ਬੜੇ ਫੱਬਦੇ, ਮਿੱਤਰਾਂ ਪਿਆਰਿਆਂ ਨੂੰ ਸੋਹਣੇ ਬੜੇ ਲੱਗਦੇ, ਭੋਰਾ ਸਾਡੇ ਉੱਤੇ ਤਰਸ ਵੀ ਖਾਇਆ ਕਰੋ ਜੀ, ਕਦੀ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ ਜੀ, ਕਦੀ ਸਾਡੀ ਗਲੀ ਭੁੱਲ ਕੇ ਵੀ। ਥੈਂਕ ਯੂ। ਇੱਕ ਐਸਾ ਗਾਣਾ ਹੈ ਜੋ ਸ਼ਾਇਦ ਹੀ ਕਿਸੀ ਡੀ ਜੇ ਪਾਰਟੀ ਮੇਂ ਨਾ ਚਲਤਾ ਹੋ ਔਰ ਕੋਈ ਡਾਂਸ ਨਾ ਕਰਤਾ ਹੋ। ਤੋ ਚਲੀਏ ਸਰ, ਅਬ ਮੇਨ ਕੁਸ਼ਚਨਸ ਪੇ ਆਤੇ ਹੈ ਕਿ ਆਪ ਆਜ ਲੁਧਿਆਣਾ ਆਏ ਹੈ, ਇੱਕ ਯਹਾਂ ਪੇ ਪੋਸਟਰ ਰਿਲੀਜ਼ ਕੀਆ ਗਿਆ ਹੈ ਜੋ ਆਪਕਾ ਸੌਂਗ ਆ ਰਿਹਾ ਹੈ ਅੰਗਦਾਨ ਕਰੋ, ਉਸਕੇ ਬਾਰੇ ਮੇਂ ਆਪ ਕਿਆ ਕਹਿਣਾ ਚਾਹੇਂਗੇ? ਦੇਖੋ ਜੀ, ਅੰਗਦਾਨ ਕਰਨ ਦਾ ਜਿਹੜਾ ਸਾਡਾ ਇਹ ਗਾਣਾ ਹੈ, ਅੱਜ ਸੌਂਗ ਰਿਲੀਜ਼ ਹੋ ਕੀਤਾ ਹੈ, ਇਹਦੇ ਵਿੱਚ ਬੈਨੀਫਿਟ ਨਹੀਂ ਹੈਗਾ ਕਿਸੇ ਨੂੰ, ਸਿਰਫ ਇੱਕ ਆਰਟਿਸਟਾਂ ਦੀ ਅੰਦਰੂਨੀ ਜਿਹੜੀ ਭਾਵਨਾਵਾਂ ਜਿਹੜੀਆਂ ਆਰਟਿਸਟਾਂ ਨੇ ਇਕੱਠੇ ਹੋ ਕੇ ਇਸ ਮੈਸੇਜ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਔਰਗਨ ਅਵੇਅਰਨੈਸ ਜਿਹੜੀ ਬਹੁਤ ਘੱਟ ਹੈ, ਕਿਸੇ ਨੂੰ ਪਤਾ ਨਹੀਂ ਹੈਗਾ ਕਿ ਅੰਗ ਜੇ ਕਿਸੇ ਨੂੰ ਚਾਹੀਦਾ ਜਾਂ ਕਿਡਨੀ ਚਾਹੀਦੀ ਜਾਂ ਆਇਸ ਚਾਹੀਦੀ ਆ ਜਾਂ ਲੀਵਰ ਚਾਹੀਦਾ, ਉਹ ਮਿਲਣਾ ਕਿੱਦਾਂ, ਉਹਨੂੰ ਉਹਦੇ ਲਈ ਕਰਨਾ ਕੀ ਚਾਹੀਦਾ, ਕਿਉਂਕਿ ਇਹਦੇ ਲਈ ਇਹ ਅਸੀਂ ਸਾਰੇ ਇੰਗਲੈਂਡ ਦੇ ਕਲਾਕਾਰ ਅਤੇ ਇੰਡੀਆ ਦੇ ਕਲਾਕਾਰ ਸਾਰੇ ਇਕੱਠੇ ਕੀਤੇ ਆ ਜੀ, ਅਤੇ ਉਪਰਾਲਾ ਇਹ ਕਾਮਯਾਬ ਹੋਇਆ ਅਤੇ ਹੁਣ ਸਾਡਾ ਬਹੁਤ ਵੱਡਾ ਇੱਕ ਦਰਖਤ ਬਣ ਚੁੱਕਾ ਜੀ, ਅਤੇ ਇਹ ਗਾਣਾ ਬਸ ਇਹ ਸਾਰਿਆਂ ਲਈ ਆ, ਅਤੇ ਅੱਜ ਜਿਹੜਾ ਰਿਲੀਜ਼ ਹੋਇਆ ਨਾਮ ਰੈਕੋਰਡਸ ਵੱਲੋਂ ਇਹ ਗਾਣਾ, ਤਾਂ ਅਨੀਤਾ ਸੰਧੂ ਜੀ ਉਹਨਾਂ ਦੀ ਪ੍ਰੈਜੈਂਸ ਹੈ, ਉਹਨਾਂ ਨੇ ਇਹ ਰਿਲੀਜ਼ ਕੀਤਾ ਜੀ, ਅਤੇ ਡਾਕਟਰ ਆਪਣੇ ਰਮੇਸ਼ ਜੀ, ਇਹਨਾਂ ਦਾ ਬਹੁਤ ਯੋਗਦਾਨ ਆ ਜੀ ਵੀਡੀਓ ਬਣਾਉਣ ਦੇ ਵਿੱਚ ਵੀ, ਅਤੇ ਬਹੁਤ ਇਹ ਸਾਨੂੰ ਯੋਗਦਾਨ ਕਰਨੇ, ਪੂਰਨਜੋਤ ਇਹਨਾਂ ਨਾਲ ਮੈਂ ਵੀ ਜੁੜਿਆ ਜੀ, ਅਤੇ ਅਸ਼ੋਕ ਮਹਿਰਾ ਜੀ ਜਿਹਨਾਂ ਦੀ ਬਦੌਲਤ ਇਹ ਸਾਰਾ ਕੁਛ ਹੋਇਆ। ਸੋ ਅੱਜ ਇਹ ਗਾਣਾ ਰਿਲੀਜ਼ ਹੋਣ 'ਤੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ, ਕਲਾਕਾਰਾਂ ਨੂੰ ਵੀ, ਸਾਰੇ ਜਿਹੜੇ ਸੁਣਦੇ ਸਰੋਤੇ ਉਹਨਾਂ ਨੂੰ ਵੀ। ਇੱਕ ਮੈਂ ਬੇਨਤੀ ਜ਼ਰੂਰ ਕਰੂੰਗਾ, ਕਿਉਂਕਿ ਮੈਂ ਤਾਂ ਪਹਿਲਾਂ ਵੀ ਨਹੀਂ ਕਿਹਾ ਕਿਸੇ ਨੂੰ ਵੀ, ਮੇਰੀ ਫੇਸਬੁੱਕ 'ਤੇ ਵੀ ਨਹੀਂ ਹੈਗਾ ਵੀ ਜ਼ਿਆਦਾ ਸ਼ੇਅਰ ਕਰ ਦਿਓ ਜੀ, ਦੱਬ ਕੇ ਆਹ ਕਰ ਦਿਓ ਅਤੇ ਆਹ ਕਰ ਦਿਓ,
ਅਤੇ ਮੈਂ ਅੱਜ ਇਹ ਜ਼ਰੂਰ ਮੈਂ ਬੇਨਤੀ ਕਰੂੰਗਾ ਵੀ ਪਹਿਲੇ ਗਾਣੇ ਜਿੰਨੇ ਵੀ ਹੈ ਚੱਲੇ ਨਹੀਂ ਚੱਲੇ ਭੰਗੜੇ ਦੇ ਗਿੱਧੇ ਦੇ ਗਾਣੇ ਜਾਂ ਕੁਛ ਵੀ ਹੈਗਾ ਸੀ ਉਹਨਾਂ ਲਈ ਨਹੀਂ ਕਹਿ ਰਹੇ ਕਿਉਂਕਿ ਇਹ ਇੱਕ ਮੈਸੇਜ ਹੈ ਇਹਨੂੰ ਤੁਸੀਂ ਜ਼ਰੂਰ ਦੱਬ ਕੇ ਸ਼ੇਅਰ ਅਤੇ ਲਾਈਕ ਜ਼ਰੂਰ ਕਰੋ ਕਿਉਂਕਿ ਅੱਜ ਗਾਣਾ ਰਿਲੀਜ਼ ਹੋਇਆ ਨਾਮ ਰੈਕੋਰਡਸ ਤੋਂ NAM ਰੈਕੋਰਡਸ ਤੋਂ ਇਹ ਰਿਲੀਜ਼ ਹੋਇਆ ਜੀ ਇੰਗਲੈਂਡ ਦੀ ਕੰਪਨੀ ਹੈ ਅਨੀਤਾ ਸੰਧੂ ਵੱਲੋਂ ਅਤੇ ਮਿਊਜ਼ਿਕ ਹੈਗਾ ਰਾਜੂ ਪ੍ਰੇਮੀ ਜੀ ਗੀਤਕਾਰ ਸਾਡਾ ਹੈਗਾ ਬਿੰਦਰ ਨਵੇਂ ਪਿੰਡੀਆ ਅਤੇ ਆਰਟਿਸਟ ਇਹਦੇ ਵਿੱਚ ਬਹੁਤ ਵੱਡੇ ਵੱਡੇ ਨੇ ਜੀ ਮੰਗਲ ਭਾਅ ਜੀ ਜਿਹਨਾਂ ਦਾ ਗਾਣਾ ਸੀ ਪਰੇ ਹੋ ਜਾ ਸੋਹਣੀ ਹੈ ਸਾਡੀ ਰੇਲ ਗੱਡੀ ਆਈ ਸੋ ਸਰਦੂਲ ਸਿਕੰਦਰ ਜੀ ਸੁਰਿੰਦਰ ਸ਼ਿੰਦਾ ਜੀ ਕਲੇਰ ਕੰਠ ਮੰਗੀ ਮਹਲ ਜੀ ਜੱਸੀ ਪ੍ਰੇਮੀ ਬਲਵਿੰਦਰ ਸਫਰੀ ਸਰਦਾਰਾ ਗਿੱਲ ਜੀ ਅਜੋਲ ਪ੍ਰੇਮੀ ਬਲਵਿੰਦਰ ਧਾਮੀ ਕੁਮਾਰ ਸਾਹਿਬ ਅਤੇ ਹਰਮਨ ਹਰਜੀਤ ਜੀ ਅਤੇ ਮੰਗੀ ਮਹਲ ਜੀ ਹਰਮਿੰਦਰ ਆਪਣਾ ਹਰਮਿੰਦਰ ਨੇ ਵੀ ਗਾਇਆ ਜੀ ਇੱਕ ਰਵਿੰਦਰ ਬੰਬੇ ਤੋਂ ਸਾਡਾ ਵੀਰ ਉਹਨਾਂ ਨੇ ਵੀ ਬਹੁਤ ਇਹਦੇ ਵਿੱਚ ਯੋਗਦਾਨ ਪਾਇਆ ਸਾਰੇ ਕਲਾਕਾਰਾਂ ਨੇ ਇਹਦੇ ਵਿੱਚ ਹਿੱਸਾ ਪਾਇਆ ਇਸੇ ਕਰਕੇ ਕਿ ਇਹ ਮੈਸੇਜ ਬਹੁਤ ਵੱਡਾ ਜਾਵੇ ਤਾਂ ਕਿ ਕੋਈ ਬੰਦਾ ਮਰਨਾ ਆਪਾਂ ਸਾਰਿਆਂ ਨੇ ਹੀ ਆ ਜੀ ਮਰਨ ਤੋਂ ਬਾਅਦ ਜਿਹੜੇ ਆ ਅੰਗ ਜਿਹੜੇ ਆਪਣੇ 5-6 ਘੰਟੇ ਜੀਂਦੇ ਰਹਿੰਦੇ ਆ ਉਹ ਆਪਾਂ ਕਿਸੇ ਨੂੰ ਦਾਨ ਕਰਕੇ ਅੱਖਾਂ ਦਾਨ ਕਰਕੇ ਆਪਾਂ ਉਹਨਾਂ ਨੂੰ ਨਵੀਂ ਰੋਸ਼ਨੀ ਦੇ ਸਕਦੇ ਹਾਂ ਕਿਸੇ ਦੇ ਦਿਲ 'ਚ ਆਪਾਂ ਧੜਕ ਸਕਦੇ ਹਾਂ ਕਿਸੇ ਨੂੰ ਕਿਡਨੀ ਦੇ ਕੇ ਲੀਵਰ ਦੇ ਕੇ ਆਪਾਂ ਬੜਾ ਸੋਹਣਾ ਆਪਣੇ ਪਰਿਵਾਰ 'ਚ ਬੈਠੇ ਰਹਿੰਦੇ ਹਾਂ ਜੀਂਦੇ ਜੀ ਆਪਾਂ ਬੈਠ ਸਕਦੇ ਹਾਂ ਸੋ ਬਹੁਤ ਸਾਰੇ ਲੋਕ ਨੇ ਜਿਵੇਂ ਸਰਦੂਲ ਭਾਅ ਜੀ ਨੂੰ ਭਾਬੀ ਜੀ ਨੂਰੀ ਜੀ ਨੇ ਕਿਡਨੀ ਦਿੱਤੀ ਹੈ ਅਨੀਤਾ ਸੰਧੂ ਜਿਨ੍ਹਾਂ ਦਾ ਇਹ ਉਪਰਾਲਾ ਜਿਨ੍ਹਾਂ ਦੀ ਸੰਸਥਾ ਦੇ ਨਾਲ ਮੈਂ ਜੁੜਿਆ ਉਹਨਾਂ ਨੇ ਆਪਣੀ ਬੇਟੀ ਨੂੰ ਕਿਡਨੀ ਦਿੱਤੀ ਅਤੇ ਬਹੁਤ ਸਾਰੇ ਲੋਕ ਨੇ ਜਿਹੜੇ ਕਿਡਨੀਆਂ ਦੇ ਕੇ ਆਪਣੇ ਘਰ 'ਚ ਬੜੇ ਸੋਹਣੇ ਠੀਕ ਠਾਕ ਆ ਇਹਦੇ ਨਾਲ ਕੁਛ ਨਹੀਂ ਹੁੰਦਾ ਅਤੇ ਸਮੇਂ ਤੁਸੀਂ ਇੱਕ ਦੂਸਰੇ ਬੰਦੇ ਨੂੰ ਇਨਸਾਨ ਨੂੰ ਲੰਬੀ ਲਾਈਫ ਦਿੰਦੇ ਇਹਦੇ ਵਿੱਚ ਇਹੀ ਮੈਸੇਜ ਆ ਵੀ ਤੁਸੀਂ ਅੰਗ ਦਾਨ ਕਰਿਆ ਕਰੋ ਕਿਉਂਕਿ ਮੇਰੀ ਵਾਈਫ ਨੇ ਵੀ ਬੋਡੀ ਦਾਨ ਕੀਤੀ ਆ ਮੈਂ ਵੀ ਬੋਡੀ ਦਾਨ ਕੀਤੀ ਆ ਜੀ ਸਾਡੇ ਕਾਰਡ ਬਣ ਚੁੱਕੇ ਆ ਅਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਹ ਚੰਗਾ ਕੰਮ ਜਿਹੜਾ ਕੀਤਾ ਜਾਵੇ ਪੈਸੇ ਤਾਂ ਹਰ ਇੱਕ ਬੰਦਾ ਕਮਾਉਂਦਾ ਕਮਾਉਂਦਾ ਕੋਈ ਆਪਣੇ ਢੰਗ ਨਾਲ ਕਮਾਈ ਜਾਂਦਾ ਕੋਈ ਕਿਸੇ ਢੰਗ ਨਾਲ ਕਮਾਈ ਜਾਂਦਾ ਬਾਹਰ ਵੀ ਇਤਨਾ ਜਾਤੇ ਹੈ ਅਬਰੋਡ ਅਬ ਹਮਨੇ ਜੈਸੇ ਸੁਣਿਆ ਕਿ ਹਮ ਕਹਤੇ ਕਿ ਭਾਰਤ ਕੇ ਲੋਕ ਜੋ ਹਮਾਰੇ ਇੰਡੀਅਨਸ ਹੈ ਥੋੜੇ ਅੰਧ ਵਿਸ਼ਵਾਸੀ ਟਾਈਪ ਹੈ ਇਨ ਚੀਜ਼ੋਂ ਕੋ ਲੇਕਰ ਤੋ ਆਪ ਇਸ ਗਾਣੇ ਕੇ ਥਰੂ ਆਪਕੋ ਲਗਤਾ ਹੈ ਕਿ ਲੋਗੋ ਤੱਕ ਇੱਕ ਬਹੁਤ ਅੱਛਾ ਮੈਸੇਜ ਪਹੁੰਚੇਗਾ ਬਿਲਕੁਲ ਜੀ ਬਿਲਕੁਲ ਕਿਉਂਕਿ ਗੱਲ ਤੁਸੀਂ ਬਹੁਤ ਅੱਛੀ ਕਹੀ ਆ ਕਈ ਲੋਕ ਇੱਥੋਂ ਤੱਕ ਕਹਿ ਦਿੰਦੇ ਨੇ ਵੀ ਅਸੀਂ ਜੇ ਕਿਸੇ ਨੂੰ ਅੱਖਾਂ ਦਿੱਤੀਆਂ ਅਤੇ ਉਹ ਰਾਤ ਨੂੰ ਜੀ ਸੁਪਨੇ 'ਚ ਆ ਕੇ ਸਾਡੀ ਮਾਂ ਜਾਂ ਬਾਪੂ ਸਾਡਾ ਡਰਾਉਂਦਾ ਆ ਜੀ ਉਹ ਵਾਪਸ ਲੈ ਕੇ ਆਓ ਉਹ ਕਿੱਥੋਂ ਲਿਆਉਣਗੇ ਵਾਪਸ ਪਰ ਤੁਸੀਂ ਇਹ ਅੰਧ ਵਿਸ਼ਵਾਸ ਤੋਂ ਬਾਹਰ ਨਿਕਲਣਾ ਚਾਹੀਦਾ ਇਹ ਜਿਹੜੇ ਦੋ ਕਿੱਟਾਂ ਰੱਖ ਕੇ ਤੇਲ ਪਾ ਲਿਆ ਜੀ ਉਹ ਚੀਜ਼ਾਂ 'ਚੋਂ ਬਾਹਰ ਨਿਕਲਣਾ ਚਾਹੀਦਾ ਇਹ ਚੀਜ਼ਾਂ ਕੁਛ ਨਹੀਂ ਹੈਗੀਆਂ ਕਿਉਂਕਿ ਗੋਰੇ ਲੋਕ ਵੀ ਕਰਦੇ ਆ ਅਸੀਂ ਬਾਹਰਲੀਆਂ ਕੰਟਰੀ 'ਚ ਸਾਰੇ ਲੋਕ ਜਾਂਦੇ ਆ ਉੱਥੇ ਕੋਈ ਨਹੀਂ ਇਹੋ ਜਿਹਾ ਉਹ ਖੁਸ਼ੀ ਮਨਾਉਂਦੇ ਨੇ ਜੇ ਅਸੀਂ ਕਿਸੇ ਨੂੰ ਔਰਗਨ ਡੋਨੇਟ ਕਰਦੇ ਹਾਂ ਉਹ ਖੁਸ਼ੀ ਮਨਾਉਂਦੇ ਨੇ ਅਤੇ ਇੱਦਾਂ ਨਹੀਂ ਉਹ ਕਰਦੇ ਜਿੱਦਾਂ ਸਾਡੇ ਦੇਸ਼ 'ਚ ਹੈਗਾ ਇਹਨਾਂ ਵਹਿਮਾਂ ਭਰਮਾਂ 'ਚੋਂ ਬਾਹਰ ਨਿਕਲਣਾ ਚਾਹੀਦਾ ਅਤੇ ਜਾਤ ਪਾਤ ਦੇ ਤੋਂ ਵੀ ਇਹਨਾਂ ਚੀਜ਼ਾਂ 'ਚੋਂ ਵੀ ਨਿਕਲਣਾ ਚਾਹੀਦਾ ਕਿਉਂਕਿ ਇਨਸਾਨ ਇਨਸਾਨ ਆ ਇਨਸਾਨ ਉਹ ਆ ਜਿਹੜਾ ਇੱਕ ਦੂਸਰੇ ਦੇ ਕੰਮ ਆਉਂਦਾ ਅਤੇ ਦੁਨੀਆਂ ਦੇ ਵਿੱਚ ਚੰਗੇ ਕੰਮ ਕਰਕੇ ਹੀ ਜਾਣਾ ਚਾਹੀਦਾ ਦੁਨੀਆਂ ਦੇ ਵਿੱਚ ਰੱਖ ਫਕੀਰਾ ਐਸਾ ਬਹਿਣ ਖਲੋਣ ਕੋਲ ਹੋਈਏ ਤਾਂ ਹੱਸੇ ਦੁਨੀਆਂ ਤੁਰ ਜਾਈਏ ਤਾਂ ਰੋਣ ਅਤੇ ਇੱਥੇ ਬੈਠੇ ਤਾਂ ਕਿਸੇ ਨੇ ਵੀ ਨਹੀਂ ਰਹਿਣਾ ਐਵੇਂ ਧਨ ਦੌਲਤ ਬੰਦਾ ਮਾਣ ਕਰਦਾ ਰਹਿੰਦਾ ਇਹਨਾਂ ਚੀਜ਼ਾਂ 'ਤੇ ਪਰ ਇਹ ਸਭ ਕੁਛ ਇੱਥੇ ਰਹਿਣਾ ਐਂਡ 'ਤੇ ਤੁਹਾਡੀਆਂ ਅੱਖਾਂ ਵੀ ਬੰਦ ਕੋਈ ਕਰਦਾ ਹੱਥ ਵੀ ਤੁਹਾਡੇ ਮੁੱਠਾਂ ਵੀ ਕੋਈ ਬੰਦ ਕਰਦਾ ਅਤੇ ਉਹ ਮੈਂ ਇੱਕ ਸੁੱਖ ਦਾ ਇੱਕ ਸ਼ੇਅਰ ਹੁੰਦਾ ਸੀ ਮੈਂ ਤੁਹਾਨੂੰ ਸੁਣਾਉਂਦਾ ਹਿੱਲ ਦੇ ਕਲੀਰੇ ਤੇਰੇ ਜਾਣਗੇ ਨਹੀਂ ਜਿੰਦੇ ਸਹੁਰਿਆਂ ਦੇ ਘਰ ਹਿੱਲ ਦੇ ਕਲੀਰੇ ਤੇਰੇ ਜਾਣਗੇ ਨਹੀਂ ਜਿੰਦੇ ਸਹੁਰਿਆਂ ਦੇ ਘਰ ਜੱਗ ਵਿੱਚੋਂ ਤੇਰਾ ਨਹੀਂ ਵਜੂਦ ਮੁੱਕ ਜਾਣਾ ਲੱਗੇ ਰੂਹ ਨੂੰ ਜਦੋਂ ਪਰ ਹਿੱਲ ਦੇ ਕਲੀਰੇ ਤੇਰੇ ਜਾਣਗੇ ਨਹੀਂ ਜਿੰਦੇ ਸਹੁਰਿਆਂ ਦੇ ਘਰ ਕਿਸੇ ਤੋਰੋ ਤੋਰੋ ਕਹਿਣਾ ਕਿਸੇ ਰੋਕਣੀ ਏ ਡੋਲੀ ਕਿਸੇ ਤੋਰੋ ਤੋਰੋ ਕਹਿਣਾ ਕਿਸੇ ਰੋਕਣੀ ਏ ਡੋਲੀ ਚਾਰ ਦਿਨ ਦਾ ਤਮਾਸ਼ਾ ਫਿਰ ਪਿੱਛੋਂ ਉਹੀ ਕੰਮ ਰੋਲੀ ਮਾਣ ਮੱਤੀਏ ਪਛਾਣ ਲੈ ਤੂੰ ਘਰ ਆਪਣਾ ਨਹੀਂ ਐਵੇਂ ਜੱਫੀਆਂ ਨਾ ਭਰ ਹਿੱਲ ਦੇ ਕਲੀਰੇ ਤੇਰੇ ਜਾਣਗੇ ਨਹੀਂ ਜਿੰਦੇ ਸਹੁਰਿਆਂ ਦੇ ਘਰ ਜੱਗ ਵਿੱਚੋਂ ਤੇਰਾ ਨਹੀਂ ਵਜੂਦ ਮੁੱਕ ਜਾਣਾ ਲੱਗੇ ਰੂਹ ਨੂੰ ਜਦੋਂ ਪਰ ਅਤੇ ਉਹ ਇੱਥੇ ਬੈਠ ਕਿਸੇ ਨੇ ਨਹੀਂ ਰਹਿਣਾ ਸੜ ਕੇ ਸਵਾਹ ਹੋ ਜਾਣਾ ਮਿੱਟੀ ਹੋ ਜਾਣਾ ਅਤੇ ਅੰਗ ਦਾਨ ਕਰਨੇ ਜਿਹੜੇ ਆ ਮਰਨ ਤੋਂ ਬਾਅਦ ਹੈ ਕਿਸੇ ਦੇ ਆਪਾਂ ਦਿਲ 'ਚ ਧੜਕ ਸਕਦੇ ਹਾਂ ਰੋਸ਼ਨੀ ਦੇ ਸਕਦੇ ਹਾਂ ਆਪਾਂ ਜਿਉਂਦੇ ਜਾਗਦੇ ਆਪਣੇ ਘਰ ਦੇ ਜੀ ਨੂੰ ਦੇਖ ਸਕਦੇ ਵੀ ਇਹਦੇ ਵਿੱਚ ਮੇਰੇ ਪੇ ਦਾ ਦਿਲ ਧੜਕ ਰਿਹਾ ਇਹ 'ਚ ਮੇਰੇ ਮਾਂ ਦਾ ਇਹ 'ਚ ਭਰਾ ਦਾ ਇਹ ਆਪਾਂ ਦੇਖ ਸਕਦੇ ਇਸੇ ਕਰਕੇ ਸਾਰੇ ਆਰਟਿਸਟਾਂ ਨੇ ਇਹਨੂੰ ਕੀਤਾ ਇਹ ਜਿਹੜਾ ਜਿਸ ਸੰਸਥਾ ਨਾਲ ਮੈਂ ਜੁੜਿਆ ਸਾਡੇ ਹੁਣ ਤੱਕ ਕਾਫੀ ਫੋਲੋਵਰ ਹੋ ਚੁੱਕੇ ਆ ਜਿਹੜੇ ਸਾਡੇ ਨਾਲ ਜੁੜੇ ਆ ਉਹਨਾਂ ਦਾ ਦਿਲੋਂ ਧੰਨਵਾਦ ਆ ਅਤੇ ਇਹ ਮੈਸੇਜ ਨੇ ਹੁਣ ਤੱਕ ਜਦੋਂ ਦਾ ਮੈਂ ਜੁੜਿਆ ਦੋ ਵਾਰੀ ਪਾਰਲੀਮੈਂਟ ਸਾਡਾ ਸਨਮਾਨ ਹੋਇਆ ਜੀ ਇੰਗਲੈਂਡ ਦੇ ਵਿੱਚ ਅਤੇ ਹੁਣੇ ਜਿਹੜਾ ਇਸ ਮੈਸੇਜ ਜਿਹੜੇ ਅਸੀਂ ਮੈਸੇਜ ਸ਼ੁਰੂ ਕੀਤੇ ਆ ਜੀ ਇਹ ਔਰਗਨਾਈਜੇਸ਼ਨ ਦੇ ਇਹਦੇ ਵਿੱਚ ਹੁਣ ਤੱਕ ਚਾਰ ਬੰਦਿਆਂ ਨੂੰ ਕਿਡਨੀਆਂ ਮਿਲ ਚੁੱਕੀਆਂ ਜੀ ਉਹਨਾਂ ਦੀਆਂ ਜਾਨਾਂ ਬਚ ਚੁੱਕੀਆਂ ਉਹ ਜਿਉਂਦੇ ਜਾਗਦੇ ਨੇ ਮੰਗਲ ਸਿੰਘ ਜਿਹੜੇ ਭਾਅ ਜੀ ਇੰਗਲੈਂਡ ਨੇ ਜਿਨ੍ਹਾਂ ਦਾ ਗਾਣਾ ਬਹੁਤ ਮਸ਼ਹੂਰ ਆਇਆ ਸੀ ਸਾਡੀ ਰੇਲ ਗੱਡੀ ਆਈ ਪਾਸੇ ਹੋ ਜਾ ਸੋਹਣੀ ਹੈ ਕਿਉਂਕਿ ਮੈਂ ਵੀ ਉਦੋਂ ਛੋਟਾ ਸੀ ਉਹਨਾਂ ਨੂੰ ਵੀ ਕਿਡਨੀ ਮਿਲੀ ਆ ਜੀ ਸਾਡੇ ਮੈਸੇਜ ਤੋਂ ਬਾਅਦ ਅੱਜ ਉਹ ਸਾਡੇ ਨਾਲ ਜੁੜੇ ਆ ਅਨਾਇਆ ਇੱਕ ਕੁੜੀ ਹੈ ਛੋਟੀ ਉਹਨੂੰ ਵੀ
ਕਿਡਨੀ ਮਿਲੀ ਹੈ, ਇੱਕ ਨਿਕਤਾਸ਼ਾ ਕੁੜੀ ਆ ਉਹਨੂੰ ਅਸੀਂ 4-5 ਲੱਖ ਰੁਪਇਆ ਹੁਣ ਜਿੰਨਾ ਵੀ ਅਨੀਤਾ ਸੰਧੂ ਨੇ ਸਾਡੀ ਟੀਮ ਨੇ ਕਲਾਕਾਰਾਂ ਨੇ ਇਕੱਠੇ ਕਰਕੇ ਉਹਨੂੰ ਪੈਸੇ ਭੇਜੇ ਆ। ਉਹਦਾ ਡੈਡੀ ਨਹੀਂ ਹੈਗਾ, ਉਹਦੀ ਮਾਂ ਨੇ ਉਹਨੂੰ ਕਿਡਨੀ ਦੇਣੀ, ਉਹਦਾ ਚੰਡੀਗੜ੍ਹ ਹੁਣ ਓਪਰੇਸ਼ਨ ਹੋਣਾ ਇਹਨਾਂ ਦਿਨਾਂ 'ਚ। ਅਤੇ ਇੱਕ ਜੈਸ ਕੁੜੀ ਆ, ਜੈਜ਼ ਉੱਥੇ ਇੰਗਲੈਂਡ 'ਚ, ਉਹਨੂੰ 4th ਵਾਰ ਕਿਡਨੀ ਮਿਲ ਗਈ ਹੈ ਜੀ, ਕਿਉਂਕਿ ਮਿਲਦੀ ਨਹੀਂ ਸੀ ਜਦੋਂ ਦੇ ਅਸੀਂ ਉਪਰਾਲਾ ਚੱਕਿਆ ਅਤੇ ਲੋਕ ਨਾਲ ਜੁੜੇ ਆ। ਅਤੇ 4 ਬੰਦਿਆਂ ਦੀਆਂ ਹੁਣ ਤੱਕ 4-5 ਜਾਨਾਂ ਬਚ ਚੁੱਕੀਆਂ। ਇਹ ਦਿਲੋਂ ਅਰਦਾਸ ਆ ਵਾਹਿਗੁਰੂ ਅੱਗੇ ਕਿ ਸਾਰਿਆਂ ਨੂੰ ਇਹ ਕਰਨਾ ਚਾਹੀਦਾ ਤਾਂ ਕਿ ਜਿਉਂਦੇ ਜੀ ਤੁਹਾਡੀ ਕਦਰਾਂ ਕੀਮਤਾਂ ਪੈ ਜਾਣ, ਜਾਣ ਤੋਂ ਬਾਅਦ ਤਾਂ ਹੀ ਪੈਣਗੀਆਂ ਜੇ ਆਪਾਂ ਕੋਈ ਚੰਗਾ ਕੰਮ ਕਰਕੇ ਜਾਵਾਂਗੇ। ਕਹਿ ਸਕਦੇ ਹਾਂ ਆਪਣੇ ਜੋ ਇਤਨਾ ਅੱਛਾ ਮੈਸੇਜ ਦੀਆ ਵੋ ਲੋਕੋ ਕੇ ਕਹਿ ਸਕਦੇ ਹੈ ਰੂਹ ਤੱਕ ਕੋ ਛੂ ਜਾਏਗਾ। ਤੋ ਸਰ ਜਾਤੇ ਜਾਤੇ ਇਹ ਜੋ ਅੰਗ ਦਾਨ ਕਾ ਇੱਕ ਗਾਣਾ ਅੱਜ ਪੋਸਟਰ ਰਿਲੀਜ਼ ਹੋਇਆ ਹੈ, ਉਸਕੀ 2 ਲਾਈਨੇ ਪਲੀਜ਼ ਆਪ ਸੁਣਾ ਦੀਜੀ। ਠੀਕ ਹੈ ਜੀ। ਮਰ ਕੇ ਵੀ ਜੀਣਾ ਤਾਂ ਅੰਗ ਦਾਨ ਕਰੋ, ਮਰ ਕੇ ਵੀ ਜੀਣਾ ਤਾਂ ਅੰਗ ਦਾਨ ਕਰੋ, ਅੰਗ ਦਾਨ ਕਰੋ, ਅੰਗ ਦਾਨ ਕਰੋ, ਅੰਗ ਦਾਨ ਕਰੋ, ਮਰ ਕੇ ਵੀ ਜੀਣਾ ਤਾਂ ਅੰਗ ਦਾਨ ਕਰੋ। ਸਰ ਆਪਣਾ ਪ੍ਰੈਸ਼ੀਅਸ ਟਾਈਮ ਹਮੇ ਦੇਣੇ ਕੇ ਲੀਏ ਤੋ ਆਪਣੇ ਦੇਖਾ ਯੇ ਥੇ ਹਮਾਰੇ ਸਾਥ ਬਹੁਤ ਹੀ ਰਿਨੌਨ ਪਰਸਨੈਲਿਟੀ ਹਮਾਰੇ ਪੰਜਾਬ ਕੇ ਜੋ ਵਰਲਡ ਵਾਈਡ ਫੇਮਸ ਹੈ ਲੈਂਬਰ ਹੁਸੈਨਪੁਰੀ ਜੀ, ਜੋ ਅੱਜ ਲੁਧਿਆਣਾ ਕਿਸ ਮੋਟਿਵ ਸੇ ਆਇਆ ਉਹਨਾਂ ਨੇ ਹਮਸੇ ਸ਼ੇਅਰ ਕੀਆ ਅੰਗ ਦਾਨ ਕਰੋ। ਜੀ ਹਾਂ, ਉਨਕੇ ਜੋ ਅਖੀਰ ਮੇ ਉਹਨਾਂ ਨੇ ਦੋ ਬੋਲ ਸੁਣਾਏ, ਉਨ੍ਹੀਂ ਦੋ ਸ਼ਬਦ ਸੇ, ਉਨ੍ਹੀਂ ਦੋ ਲਾਈਨੋ ਸੇ ਸਭ ਕੋ ਮੈਸੇਜ ਮਿਲ ਗਿਆ ਹੋਗਾ ਕਿ ਕਿਸ ਮੋਟਿਵ ਸੇ ਆਜ ਯਹਾਂ ਪੇ ਵੋ ਇਤਨੀ ਦੂਰ ਸੇ ਆਏ ਹੈ ਚਲਕਰ। ਹੋਪਫੁਲੀ ਆਪ ਸਭ ਬਹੁਤ ਅਵੇਅਰ ਹੋਗੇ ਉਨਕੇ ਇਨ ਸ਼ਬਦੋਂ ਕੋ ਸੁਣਕਰ, ਹਮਨੇ ਸ਼ੇਅਰ ਕੇ ਉਨਸੇ ਕੁਛ ਬਹੁਤ ਹੀ ਵੰਡਰਫੁਲ ਮੂਮੈਂਟਸ। ਥੈਂਕ ਯੂ ਸੋ ਮਚ ਕੈਮਰਾਮੈਨ ਅਮਨਦੀਪ ਕੇ ਸਰ, ਸ਼ਿਪਰਾ ਪਸਰੀਜਾ, ਟਾਈਮਸ ਪੰਜਾਬ ਟੀਵੀ।